ਪਰਮ ਸਤਿਕਾਰਯੋਗ ਸਾਧ ਸੰਗਤ ਜੀ ਸਾਰੇ ਹੀ ਆਪਣੀ ਰਚਨਾ ਪਵਿੱਤਰ ਕਰ ਲਈਏ ਤੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਮੇਂ ਦੇ ਮਾਲਕ ਦਾ ਨਾਮ ਲਈਏ ਤੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਸਿਰਲੇਖ ਹੈ ਸਤਿਗੁਰੂ ਸਿੱਖ ਕੇ ਬੰਧਨ ਕਾਟੇ ਪੁਰਾਣਾ ਇਤਿਹਾਸ ਪੜਿਆ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 6ਵੇਂ ਸਰੂਪ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁੰਜਾ ਰਾਜਿਆਂ ਨੂੰ ਆਪਣੇ ਚੋਲੇ ਦੀਆਂ ਬੁੰਜਾ ਕਲੀਆਂ ਫੜਾ ਕੇ ਜੇਲ੍ਹ ਤੋਂ ਮੁਕਤ ਕਰਾਇਆ ਸੀ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਉਸੇ ਗੱਦੀ ਦੇ ਮਾਲਕ ਸਤਿਗੁਰੂ ਸੱਚੇ ਪਾਸ਼ਾ ਬੰਦੀ ਛੋੜ ਦੀਨ ਦੇਵਾਲ ਬਿਰਤ ਪਾਲਕ ਸਗੂ ਜਗਜੀਤ ਸਿੰਘ ਜੀ ਆਪਣੀ ਸੇਵਕਾ ਦੀ ਰੱਖਿਆ ਕਿਸ ਤਰ੍ਹਾਂ ਕਰਦੇ ਹਨ ਇਹਦੇ ਬਾਰੇ ਆਪ ਜੀ ਦੇ ਲਾਂਗਰੀ ਦਰਸ਼ਨ ਸਿੰਘ ਜੀ ਆਪਣੇ ਨਾਲ ਬੀਤੀ ਘਟਨਾ ਇਸ ਤਰ੍ਹਾਂ ਦੱਸਦੇ ਹਨ ਉਹਨਾਂ ਨੇ 1980 ਤੋਂ ਲੈ ਕੇ 1992 ਦੇ ਜੀਵਨ ਤੱਕ ਲੰਗਰ ਲੋ ਦੀ ਸੇਵਾ ਕੀਤੀ ਇਹ ਘਟਨਾ ਕੋਈ 1990 ਕਾਨੂਈ ਦੀ ਹੈ ਪਿੰਡ ਦੇ ਕਿਸੇ ਗੈਰ ਨਾਮ ਦਾ ਰਿਬੰਦੇ ਦਾ ਟਰੈਕਟਰ ਗਵਾਚ ਗਿਆ ਉਹਨੇ ਥਾਣੇ ਰਿਪੋਰਟ ਕਰ ਦਿੱਤੀ ਅਤੇ ਦਰਸ਼ਨ ਸਿੰਘ ਦੇ ਭਰਾ ਹਰਦਿਆਲ ਸਿੰਘ ਉੱਤੇ ਸ਼ੱਕ ਕਰਕੇ ਉਸ ਦਾ ਨਾਂ ਲਿਖਾ ਦਿੱਤਾ ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਥਾਣੇ ਲੈ ਜਾ ਕੇ ਬੜਾ ਕੁੱਟਿਆ ਜਦੋਂ ਨਾਂ ਮੰਨਿਆ ਤਾਂ ਉਹਨੂੰ ਨੰਗਾ ਕਰਕੇ ਪੁੱਠਾ ਟਾਂਗ ਦਿੱਤਾ ਅਤੇ ਫੇਰ ਕੁੱਟਿਆ ਉਹਦੇ ਕੋਲੋਂ ਰਿਸ਼ਤੇਦਾਰਾਂ ਦੇ ਨਾਂ ਪੁੱਛੇ ਵਿਚਾਰੇ ਨੇ ਆਪਣੀਆਂ ਭੈਣਾਂ ਅਤੇ ਭਰਾਵਾਂ ਦੇ ਨਾਂ ਲੈ ਦਿੱਤੇ ਜਦੋਂ ਦਰਸ਼ਨ ਸਿੰਘ ਦਾ ਨਾਂ ਦੱਸਿਆ ਕਿ ਉਹ ਜੀਵਨਗਰ ਰਹਿੰਦਾ ਹੈ ਤਾਂ ਪੁਲਿਸ ਨੂੰ ਪੂਰਾ ਯਕੀਨ ਹੋ ਗਿਆ ਕਿ ਜੀਵਨਗਰ ਇੱਥੋਂ ਬਹੁਤ ਦੂਰ ਹੈ ਇਸ ਕਰਕੇ ਟਰੈਕਟਰ ਜ਼ਰੂਰ ਇਹਦੇ ਭਰਾ ਕੋਲ ਹੀ ਹੋਣਾ ਹੈ ਦਰਸ਼ਨ ਸਿੰਘ ਜਿਹਦਾ ਪੂਰਾ ਪਤਾ ਕਰ ਲਈ ਪੁਲਿਸ ਦੇ ਦੋ ਆਦਮੀ ਸਾਦੇ ਕੱਪੜੇ ਵਿੱਚ ਹਾਸਰੋ ਪਿੰਡ ਵਿੱਚ ਸਵਰਨ ਸਿੰਘ ਨਾਮ ਦਾ ਰਿ ਕੋਲ ਪਹੁੰਚੇ ਅਤੇ ਉਸ ਨੂੰ ਆਖਿਆ ਕਿ ਅਸੀਂ ਜੀਵਨਗਰ ਕੁੜੀ ਦਾ ਰਿਸ਼ਤਾ ਕਰਨਾ ਹੈ ਸਾਨੂੰ ਉੱਥੋਂ ਦਾ ਪੂਰਾ ਐਡਰੈਸ ਦੇ ਦਿਓ ਜਦੋਂ ਪੂਰਾ ਪਤਾ ਕਰ ਲਿਆ ਤਾਂ ਉੱਥੇ ਪਹੁੰਚ ਕੇ ਉਹਨਾਂ ਨੇ ਆਸ-ਪਾਸ ਤੋਂ ਪਤਾ ਕੀਤਾ ਇੱਥੇ ਕੋਈ ਟਰੈਕਟਰ ਆਇਆ ਹੈ ਰੱਬ ਦੀ ਮਰਜ਼ੀ ਉੱਥੇ ਥੋੜਾ ਜਿਹਾ ਪਹਿਲਾਂ ਹੀ ਦਰਸ਼ਨ ਸਿੰਘ ਜੀ ਦਾ ਸਾਲਾ ਉਸੇ ਕਿਸਮ ਦਾ ਟਰੈਕਟਰ ਲੈ ਕੇ ਆਇਆ ਸੀ ਲੋਕਾਂ ਨੇ ਦੱਸਿਆ ਕਿ ਥੋੜਾ ਜਿਹਾ ਪਹਿਲਾਂ ਇੱਥੇ ਇੱਕ ਟਰੈਕਟਰ ਘੰਟਾ ਕੋ ਖਲੋਤਾ ਰਿਹਾ ਹੈ ਅਤੇ ਫਿਰ ਚਾਰ ਜਨਾਨੀਆਂ ਉਹਦੇ ਉੱਤੇ ਬੈਠ ਕੇ ਗਈਆਂ ਹਨ ਇਹ ਸੁਣ ਕੇ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਉਹ ਵਾਪਸ ਆ ਕੇ ਪੂਰੀ ਤਿਆਰੀ ਨਾਲ ਹੋਰ ਬੰਦੇ ਲੈ ਕੇ ਉੱਥੇ ਪਹੁੰਚ ਗਏ ਪਹਿਲਾ ਤਾਂ ਅਦਰਸ਼ ਸਿੰਘ ਦੇ ਸਾਲੇ ਦੇ ਘਰ ਗਏ ਉਹਨੂੰ ਬੁਖਾਰ ਚੜਿਆ ਹੋਇਆ ਸੀ ਪੁਲਿਸ ਨੇ ਉੱਥੇ ਹੀ ਉਸਨੂੰ ਪਹਿਲਾਂ ਕਿੰਨੀਆਂ ਚਪੇੜਾਂ ਮਾਰੀਆਂ ਅਤੇ ਫਿਰ ਖਿੱਚ ਕੇ ਆਪਣੇ ਨਾਲ ਗੱਡੀ ਵਿੱਚ ਪਾ ਲਿਆ ਘਰ ਵਾਲੇ ਕਾਰਨ ਪੁੱਛਦੇ ਰਹੇ ਪਰ ਉਹਨਾਂ ਨੇ ਇੱਕ ਨਾ ਦੱਸੀ ਫਿਰ ਜੀਵਨਗਰ ਕੋਠੀ ਪਹੁੰਚ ਕੇ ਕੋਠੀ ਨੂੰ ਚਾਰੇ ਪਾਸੇ ਘੇਰਾ ਪਾ ਲਿਆ ਦੋ ਜਣੇ ਅੰਦਰ ਜਾ ਕੇ ਦਰਸ਼ਨ ਸਿੰਘ ਜੀ ਨੂੰ ਫਾੜ ਲਿਆ ਏ ਅਤੇ ਧੱਕੇ ਮਾਰ ਕੇ ਗੱਡੀ ਵਿੱਚ ਬਿਠਾ ਦਿੱਤਾ। ਉੱਥੇ ਗੱਡੀ ਵਿੱਚ ਉਹਨਾਂ ਦਾ ਭਰਾ ਵੀ ਬੈਠਾ ਸੀ। ਭਰਾ ਨੇ ਦੱਸਿਆ ਕਿ ਮੈਨੂੰ ਇਹਨਾਂ ਨੇ ਬਹੁਤ ਘੁੱਟਿਆ ਸੀ। ਇਸ ਕਰਕੇ ਮੈਂ ਤੇਰਾ ਨਾਂ ਲੈ ਦਿੱਤਾ ਸੀ। ਇਹ ਸੁਣ ਕੇ ਇੱਕ ਸਿਪਾਈ ਨੇ ਉਸ ਨੂੰ ਹੋਰ ਚਪੇੜਾ ਮਾਰ ਦਿੱਤੀ। ਦਰਸ਼ਨ ਸਿੰਘ ਜੀ ਨੇ ਪੁਲਿਸ ਦੇ ਅਫਸਰ ਨੂੰ ਕਿਹਾ ਕਿ ਤੁਸੀਂ ਮੈਨੂੰ ਫਾੜ ਕੇ ਤੇ ਲੈ ਚੱਲਿਓ ਪਰ ਮੇਰੀ ਇੱਕ ਗੱਲ ਯਾਦ ਰੱਖਿਆ ਜੇ। ਕਿ ਮੈਂ ਤੁਹਾਡੇ ਕੋਲੋਂ ਕੁਝ ਖਾਣਾ ਪੀਣਾ ਨਹੀਂ ਜੇ ਮੈਂ बेहोश ਵੀ ਹੋ ਜਾਵਾਂ ਤਾਂ ਵੀ ਤੁਸੀਂ ਮੇਰੇ ਮੂੰਹ ਵਿੱਚ ਪਾਣੀ ਨਾ ਪਾਇਆ ਜੇ ਇਹ ਗੱਲ ਉਸ ਪੁਲਿਸ ਦੇ ਅਫਸਰ ਨੇ ਆਪਣੇ ਵੱਡੇ ਅਫਸਰ ਨੂੰ ਵੀ ਦੱਸ ਦਿੱਤੀ ਕਿ ਇਹ ਤੇ ਅਸੀਂ ਸਰਾਂਪ ਨੂੰ ਹੀ ਆਪਣੇ ਨਾਲ ਲੈ ਚੱਲੇ ਹਾਂ ਖੈਰ ਉਹਨਾਂ ਨੇਦਰਸ਼ਨ ਸਿੰਘ ਜੀ ਨੂੰ ਲਾ ਜਾ ਕੇ ਬੰਗਾ ਯਾਨੀ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਬੰਦ ਕਰ ਦਿੱਤਾ ਉਹ 1 ਵਜੇ ਜੇਲ੍ਹ ਵਿੱਚ ਪਹੁੰਚੇ ਅਤੇ 4 ਵਜੇ ਬੈਠ ਕੇ ਨਿਤਨੇਮ ਕਰਨ ਲੱਗ ਪਏ ਉਸੇ ਦੌਰਾਨ ਉਹਨਾਂ ਨੂੰ ਬੰਦੀ ਛੋੜ ਸਾਗੂ ਸੱਚੇ ਪਾਸ਼ਾ ਸਾਗੂ ਜਗਜੀਤ ਸਿੰਘ ਜੀ ਦੇ ਦਰਸ਼ਨ ਹੋਏ 사ਤਗੁਰ ਜੀ ਗੱਡੀ ਲੈ ਕੇ ਜੇਲ੍ਹ ਦੇ ਅੰਦਰ ਆ ਗਏ ਗੱਡੀ ਉਤੋਂ ਉਤਰ ਕੇ ਉਹਨਾਂ ਨੇ ਕਮਰੇ ਦੀਆਂ ਸੀਖਾਂ ਨੂੰ ਮੋੜ ਕੇ ਪਾਸੇ ਕਰ ਦਿੱਤਾ ਅਤੇ ਉਸ ਰਸਤੇ ਰਾਹੀਂ ਕਮਰੇ ਵਿੱਚ ਆ ਗਏ ਉਥੋਂ ਵੱਡਿਆ ਉਹਨਾਂ ਦੇ ਮੋਢੇ ਤੱਕ ਸੀਟ ਲੱਗ ਗਈ ਅੰਦਰ ਆ ਕੇ ਦਰਸ਼ਨ ਸਿੰਘ ਜੀ ਦੀ ਪਿੱਠ ਤੇ ਹੱਥ ਰੱਖ ਕੇ ਬਚਨ ਕੀਤਾ ਕਿ ਦਰਸ਼ਨਾ ਕਿਉਂ ਘਬਰਾਉਂਦਾ ਹੈ ਮੈਂ ਤੇਰੇ ਨਾਲ ਹਾਂ ਵੀਰਦ ਪਾਲਿਕ ਸਤਿਗੁਰੂ ਜੀ ਇਹ ਬਚਨ ਕਰਕੇ ਅਲੋਭ ਹੋ ਗਏ ਸਾਧ ਸੰਗਤ ਜੀ ਅੱਖਾਂ ਮੀਟ ਕੇ ਧਿਆਨ ਕਰਕੇ ਸੋਚੋ ਕਿ ਕੀ ਇਹ ਕਿਸੇ ਮਨੁੱਖ ਕੋਲੋਂ ਹੋ ਸਕਦਾ ਹੈ ਇਧਰੋਂ ਦਰਸ਼ਨ ਸਿੰਘ ਜੀ ਦੀ ਘਰ ਵਾਲੀ ਸੱਚੇ ਪਾਸ਼ਾ ਜੀ ਅੱਗੇ ਅਰਜ਼ ਕਰਨ ਲਈ ਸ਼੍ਰੀ ਭੈਣੀ ਸਹਿ ਪਹੁੰਚ ਗਈ ਉਸ ਦੇ ਕੋਲੋਂ ਸਾਰਾ ਹਾਲ ਪੁੱਛ ਕੇ ਆਪ ਜੀ ਨੇ ਜਲੰਧਰ ਵਾਲੇ ਐਸਪੀ ਨੂੰ ਫੋਨ ਕੀਤਾ ਉਸ ਐਸਪੀ ਨੇ ਬੰਗਾ ਜੇਲ ਦੇ ਥਾਣੇਦਾਰ ਨੂੰ ਫੋਨ ਕਰਕੇ ਆਖ ਦਿੱਤਾ ਕਿ ਫਲਾਣਾ ਬੰਦਾ ਮੇਰਾ ਆਪਣਾ ਹੈ ਉਸ ਨੂੰ ਤੁਸੀਂ ਕੁਝ ਨਹੀਂ ਕਹਿਣਾ ਫਿਰ ਵੀ ਪੂਰੀ ਕਾਰਵਾਈ ਕਰਨ ਵਿੱਚ 4 ਦਿਨ ਲੱਗ ਗਏ ਇਤਨੇ ਦਿਨ ਦਰਸ਼ਨ ਸਿੰਘ ਜੀ ਨੇ ਨਾ ਪ੍ਰਸ਼ਾਦਾ ਛਕਿਆ ਅਤੇ ਨਾ ਹੀ ਪਾਣੀ ਪੀਤਾ 4 ਦਿਨ ਬਾਅਦ ਪੈਣੀ ਸੇ ਪਹੁੰਚ ਕੇ ਪਵਿੱਤਰ ਦਰਸ਼ਨ ਕਰਕੇ ਸਾਧਗੁਰ ਜੀ ਦਾ ਧੰਨਵਾਦ ਕੀਤਾ ਧੰਨ ਧੰਨ ਹਨ ਧੰਨ ਧੰਨ ਹਨ ਸ੍ਰੀ ਸਾਧਗੁਰੂ ਜਗਜੀਤ ਸਿੰਘ ਜੀ ਤੇ ਧੰਨ ਧੰਨ ਹਨ ਸਾਧਗੁਰੂ ਜੀ ਦੇ ਇਹੋ ਜਿਹੇ ਸਿੱਖ ਸਾ ਸੰਗ ਜੀ ਇੱਕ ਬਿਲਕੁਲ ਛੋਟੀ ਜੀ ਸਾਖੀ ਹੋਰ ਹੈ ਜੈਲ ਡੋਬੀਨ ਅਗਨੀ ਸਾੜੇ ਜੀ ਨਾਨੇ ਤੇਰਾ ਨਾਮ ਜਪਿਆ ਲਗਭਗ ਉਸ ਸਾਲ 1988 ਦੀ ਗੱਲ ਹੈ ਮੰਡੀ ਦੇ ਸਨ ਸਰਦਾਰਾ ਸਿੰਘ ਜੀ ਦੀ ਲੜਕੀ ਦਲਜੀਤ ਕੌਰ ਭਗੋਤੀਆਂ ਦੀ ਮਾਲਾ ਕਰਦੀ ਪਈ ਸੀ ਰਸੋਈ ਵਿੱਚ ਛੋਲੇ ਰੱਖੇ ਹੋਏ ਸੀ ਐਨ ਇਹ ਨੂੰ ਕੁੱਕਰ ਇੱਕਦਮ ਫਟ ਗਿਆ ਅਤੇ ਉੱਡ ਕੇ ਛੱਤ ਨਾਲ ਜਾ ਵਜਿਆ ਛੱਤ ਵਿੱਚ ਵੀ ਤਰੇੜ ਆ ਗਈ ਉਬਲਦੇ ਹੋਏ ਛੋਲੇ ਦਲਜੀਤ ਦੇ ਉੱਤੇ ਪੈ ਗਏ ਇਨੋਂ ਵੱਡਾ ਤਮਾ ਕਹੋਇਆ ਕਿ ਘਰ ਦੇ ਸਾਰੇ ਜੀ ਕਬਰਾ ਗਏ ਸਾਰੇ ਜਨਰ ਸੋਈ ਵਿੱਚ ਭੱਜ ਕੇ ਗਏ ਅਤੇ ਇਹ ਵੇਖ ਕੇ ਕਬਰਾ ਗਏ ਕਿ ਦਲਜੀਤ ਦਾ ਮੂੰਹ ਚੁਲਸ ਗਿਆ ਹੋਵੇਗਾ ਪਰ ਪਗੋਤੀਆਂ ਦੀ ਮਾਲਾ ਕਰਦਿਆਂ ਨੂੰ ਸੱਚੇ ਪਾਤਸ਼ਾਹ ਸਾਗੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਉਸ ਨੂੰ ਆਪਣੇ ਮੂੰਹ ਤੇ ਉਬਲਦਾ ਪਾਣੀ ਵੀ ਠੰਡਾ ਲੱਗਿਆ ਉਸ ਨੇ ਕਪੜੇ ਨਾਲ ਮੂੰਹ ਪੂੰਝਿਆ ਜੀਵੀ ਕੁਝ ਹੋਇਆ ਹੀ ਨਾ ਹੋਵੀ ਸਾਰੇ ਯਾਕੀਏ ਤਾਂਸੀ ਰਿ ਸਾਧਗੁਰੂ ਜਗਜੀਤ ਸਿੰਘ ਜੀ